ਪਿਛਲੇ ਪ੍ਰੋਗਰਾਮਾਂ ਚ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਅਸੀਂ ਪੰਜਾਬੀਆਂ ਦੀ ਦੇਣ, ਸੰਗੀਤ ਨੂੰ ਦੇਣ, ਖੇਡਾਂ ਨੂੰ ਦੇਣ, ਉਰਦੂ ਜ਼ਬਾਨ ਨੂੰ ਦੇਣ, ਇਹਨਾਂ ਤੇ ਪ੍ਰੋਗਰਾਮ ਕਰਾਂਗੇ। ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਅੱਜ ਭਾਰਤ ਦੀ ਫਿਲਮ ਇੰਡਸਟਰੀ ਦੇ ਪ੍ਰਮੁੱਖ ਸੰਗੀਤ ਨਿਰਦੇਸ਼ਕ ਐਸ ਮਹਿੰਦਰਾ ਸਾਡੇ ਨਾਲ ਹਾਜ਼ਰ ਹਨ। ਅੱਜ ਅਸੀਂ ਪੰਜਾਬੀਆਂ ਦੀ ਫਿਲਮ ਇੰਡਸਟਰੀ ਨੂੰ ਦੇਣ ਤੇ ਗੱਲਬਾਤ ਕਰਾਂਗੇ। ਮਹਿੰਦਰਾ ਸਾਹਿਬ, ਸਟੂਡੀਓ ਚ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਮੇਰੇ ਵੀਰੋ। ਤੁਸੀਂ ਆਪਣੇ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਐਜ਼ ਏ ਪ੍ਰੋਡਿਊਸਰ ਵੀ ਕੰਮ ਕਰ ਰਹੇ ਹੋ, ਐਜ਼ ਏ ਸੰਗੀਤਕਾਰ ਤੁਸੀਂ 47 ਫਿਲਮਾਂ ਹਿੰਦੀ ਦੀਆਂ, ਕੁਛ ਪੰਜਾਬੀ ਦੀਆਂ ਬਣਾਈਆਂ। ਤੁਸੀਂ ਦੱਸੋ ਕਿ ਪੰਜਾਬੀਆਂ ਦੀ ਸੰਗੀਤ ਨੂੰ ਸੰਗੀਤ ਤੇ ਕੀ ਦੇਣ ਹੈ? ਗੱਲ ਹੈ ਜੀ, ਪੰਜਾਬੀਆਂ ਦੀ ਸੰਗੀਤ ਚ ਬਹੁਤ ਵੱਡੀ ਦੇਣ ਹੈ। ਉਹਨਾਂ ਦੀ ਇੰਨੀ ਵੱਡੀ ਕੰਟਰੀਬਿਊਸ਼ਨ ਹੈ ਕਿ ਉਹ ਜ਼ਮਾਨਾ ਯਾਦ ਕਰੋ ਜਦੋਂ ਕਿ ਇੱਕ ਆਰ ਸੀ ਬਰਾਲ ਨੇ ਉਸਦੇ ਉੱਤੇ ਹੋਇਆ ਕਰਦੇ ਸਨ ਕਲਕੱਤੇ ਤੋਂ, ਔਰ ਕੁਛ ਹੋਰ ਆਇਆ ਕਰਦੇ ਸਨ ਇਸ ਪਾਸੋਂ, ਅਣ ਵਿਸ਼ਵਾਸ ਹੋਇਆ ਕਰਦੇ ਸਨ ਬੰਬਈ ਤੋਂ, ਜਿਹਨਾਂ ਦੇ ਗਾਣੇ ਆਇਆ ਕਰਦੇ ਸਨ, ਅਸੀਂ ਲੋਕ ਸੁਣਿਆ ਕਰਦੇ ਸਨ। ਉਸ ਜ਼ਮਾਨੇ ਚ ਪੰਜਾਬ ਚ ਇੱਕ ਪੰਚੋਲੀ ਸਾਹਿਬ, ਇੱਕ ਉਹਨਾਂ ਨੇ ਪੰਚੋਲੀ ਆਰ ਪ੍ਰੋਡਕਸ਼ਨ ਕੰਸਰਨ ਖੋਲਿਆ, ਉਹਨਾਂ ਨੇ ਫਿਲਮਾਂ ਸ਼ੁਰੂ ਕੀਤੀਆਂ। ਉਹਦੇ ਚ ਮਿਊਜ਼ਿਕ ਟਰਾਇ ਗੁਲਾਮ ਹੈਦਰ, ਬਹੁਤ ਪੁਰਾਣਾ ਜ਼ਿਕਰ ਮੈਂ ਕਰ ਰਿਹਾ, ਇਹ ਸਮਝੋ ਕਿ 1935-36 ਦੇ ਜ਼ਮਾਨੇ ਜਾਂ 40 ਦੇ 35 40 ਦੇ ਵਿਚਕਾਰ ਜਦੋਂ ਸਾਇਲੈਂਟ ਐਰਾ ਖਤਮ ਹੋਇਆ, ਖਤਮ ਹੋਇਆ, ਟਾਕੀ ਸ਼ੁਰੂ ਹੋਇਆ, ਟਾਕੀ ਕੁਛ ਸ਼ੁਰੂ ਹੋਣ ਤੋਂ ਬਾਅਦ ਤੁਹਾਨੂੰ ਗਾਣਾ ਯਾਦ ਹੋਏਗਾ ਕਿ ਲੱਲਾ ਲੱਲਾ ਲਾ ਕਰਕੇ ਗਾਣਾ ਆਇਆ ਸੀ, ਲੱਲਾ ਲੱਲਾ ਲਾ, ਔਰ ਸੀਤਲ ਚੰਦਰ ਕਾ ਸ਼ਾਹੀ ਹੈ, ਇਸ ਟਾਈਪ ਦੇ ਗਾਣੇ ਆਏ ਸਨ ਜਿਹਨੇ ਬਿਲਕੁਲ ਯੁੱਗ ਬਦਲ ਦਿੱਤਾ। ਔਰ ਫਿਲਮ ਇੰਡਸਟਰੀ ਪਹਿਲਾ ਆਦਮੀ ਗੁਲਾਮ ਹਾਜ਼ਰ ਹੈ ਜਿਹੜਾ ਰਿਧਮ ਲੈ ਕੇ ਆਇਆ, ਬਾਕੀ ਪਹਿਲਾਂ ਸਿਰਫ ਮੈਲੋਡੀ ਚੱਲਦੀ ਹੁੰਦੀ ਸੀ ਅਤੇ ਰਿਧਮ ਪਿੱਛੇ ਰੱਖਦੇ ਹੁੰਦੇ ਸਨ, ਬੜੀ ਦੂਰ ਬੜੀ ਆਸਤੇ ਆਸਤੇ ਆਵਾਜ਼ ਆਉਂਦੀ ਹੁੰਦੀ ਸੀ ਬਾਏ ਔਰ ਗਾਣੇ ਦੇ ਤਬਰਿਆਂ ਦੇ। ਤੇ ਗੁਲਾਮ ਹਾਜ਼ਰ ਦੀ ਐਂਟਰੀ ਨਾਲ ਉਹਨੇ ਇੱਕ ਐਸਾ ਉਛਾਲਾ ਦਿੱਤਾ ਫਿਲਮ ਇੰਡਸਟਰੀ ਦੇ ਅੱਗੇ ਸੰਗੀਤ ਨੂੰ ਕਿ ਸਾਰਾ ਸੰਗੀਤ ਹੀ ਬਦਲ ਗਿਆ, ਔਰ ਸਭ ਪੰਜਾਬੀ ਦੇ ਫੋਕਸ ਜਿਹੜੇ ਸਨ ਉਹਨਾਂ ਨੂੰ ਲੈ ਕੇ ਆਇਆ। ਜ਼ਮੀਨਦਾਰ ਫਿਲਮ ਸੀ, ਖਾਨਦਾਨ ਸੀ, ਨੂਰ ਜਹਾਨ ਆਈ, ਉਹਦਾ ਖਾਨਦਾਨ ਦੇ ਮਿਊਜ਼ਿਕ ਪ੍ਰੋ ਸਨ, ਔਰ ਉਹਦੇ ਬਹੁਤ ਸਾਰੇ ਗਾਣੇ ਪਾਪੂਲਰ ਨੇ ਅੱਜ ਤੱਕ ਵੀ ਹੈ। ਉਸ ਤੋਂ ਬਾਅਦ ਬਹੁਤ ਉਹਨੇ ਫਿਲਮਾਂ ਆਈਆਂ, ਉਹਨਾਂ ਤੋਂ ਬਾਅਦ ਪੰਡਿਤ ਅਮਰਨਾਥ ਆਏ ਜੋ ਸ਼ੋਰੀ ਆਰ ਪ੍ਰੋਡਕਸ਼ਨ ਸ਼ੋਰੀ ਸਾਹਿਬ ਲੈ ਕੇ ਆਏ, ਉਹਨਾਂ ਦੀਆਂ ਫਿਲਮਾਂ ਨੇ ਦਾਸੀ, ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀਆਂ। ਉਹਨਾਂ ਤੋਂ ਬਾਅਦ ਗੋਬਿੰਦ ਰਾਮ ਜੀ ਆਏ, ਉਹ ਬੰਬਈ ਆਏ, ਬੰਬੇ ਚ ਨਜ਼ੀਰ ਸਾਹਿਬ ਫਿਲਮਾਂ ਬਣਾਇਆ ਕਰਦੇ ਸੀ, ਲਾਲਾ ਮਜਨੂੰ ਫਿਲਮ ਬਣਾਈ ਸੀ, ਉਹਦਾ ਉਹਨਾਂ ਨੇ ਮਿਊਜ਼ਿਕ ਦਿੱਤਾ। ਫਿਰ ਸ਼ਾਮ ਸਿੰਗਰ ਦੀ ਐਂਟਰੀ ਹੋਈ, ਉਹਨੇ ਬਹੁਤ ਸਾਰੀਆਂ ਫਿਲਮਾਂ ਨੇ, ਗੋਰ ਗਾਉਂ ਕੀ ਗੋਰੀ, ਔਰ ਉਹਨੇ ਵੀ ਨੂਰ ਜਹਾਨ ਨੂੰ ਕਾਫੀ ਫਿਲਮਾਂ ਚ ਗਵਾਇਆ, ਔਰ ਬਹੁਤ ਗਾਣੇ ਪਾਪੂਲਰ ਹੋਏ। ਇਹਨਾਂ ਦੇ ਆਉਣ ਨਾਲ ਇੱਕ ਪੰਜਾਬੀ ਸੰਗੀਤ ਦਾ ਇੱਕ ਨਵਾਂ ਐਰਾ ਸ਼ੁਰੂ ਹੋ ਗਿਆ। ਅੱਛਾ, ਵੈਸੇ ਆਪਣੇ ਹੁਸਨ ਲਾਲ ਭਗਤ ਰਾਮ ਵੀ ਹੋਇਆ, ਉਹਨਾਂ ਤੋਂ ਬਾਅਦ ਆਇਆ, ਉਹਨਾਂ ਦੀ ਵੀ ਕਾਫੀ ਦੇਣ ਬੜੀ ਕੰਟਰੀਬਿਊਸ਼ਨ ਹੈ। ਇਹ ਪੰਡਿਤ ਅਮਰਨਾਥ ਜੀ ਦੇ ਛੋਟੇ ਭਾਈ ਨੇ ਭਗਤ ਰਾਮ ਜੀ, ਉਹਨਾਂ ਦੇ ਛੋਟੇ ਭਾਈ ਨੇ ਹੁਸਨ ਲਾਲ ਜੀ। ਹੁਸਨ ਲਾਲ ਅਤੇ ਭਗਤ ਰਾਮ ਜੀ ਦੋਨੋਂ ਮਿਲ ਕੇ ਮਿਊਜ਼ਿਕ ਦਿਆ ਕਰਦੇ ਸਨ, ਉਹਨਾਂ ਦੀਆਂ ਬੜੀਆਂ ਫਿਲਮਾਂ ਨੇ, ਔਰ ਬੜਾ ਜਿਵੇਂ ਸਾਡੇ ਜਲੰਧਰ ਘਰਾਣਾ ਜਿਹੜਾ ਆਉਂਦਾ ਸ਼ਾਮ 84 ਦਾ, ਉਹ ਉਸ ਪਾਸੇ ਦੀਆਂ ਚੀਜ਼ਾਂ ਕਾਫੀ ਸਾਰੀਆਂ ਉਹਨਾਂ ਨੇ ਲਿਆਂਦੀਆਂ, ਔਰ ਇਹਦੇ ਵਿੱਚ ਫਿਲਮ ਇੰਡਸਟਰੀ 'ਚ ਉਹਨਾਂ ਨੇ ਜਿਵੇਂ ਕਹਿੰਦੇ ਨੇ ਮੰਡ ਕੀਤਾ, ਉਹ ਬਲੈਂਡ ਦੇ ਕੇ ਅਤੇ ਮਿਊਜ਼ਿਕ ਦਿੱਤਾ, ਔਰ ਬਹੁਤ ਪਾਪੂਲਰ ਸਰੀਆ ਦੀਆਂ ਬਹੁਤ ਸਾਰੀਆਂ ਫਿਲਮਾਂ ਦਾ ਮਿਊਜ਼ਿਕ ਉਹਨਾਂ ਨੇ ਦਿੱਤਾ। ਅੱਛਾ, ਇਹ ਜਿਹੜੇ ਸੰਗੀਤਕਾਰ ਪੰਜਾਬੀ ਹੋਏ ਆ, ਇਹਨਾਂ ਨੇ ਜ਼ਿਆਦਾ ਪੰਜਾਬੀ ਫੋਕ ਧੁਨਾਂ ਦਾ ਸਹਾਰਾ ਲਿਆ ਜਾਂ ਸ਼ਾਸਤਰੀ ਸੰਗੀਤ ਦਾ? ਪੰਜਾਬੀ ਫੋਕਸ ਦਾ ਵੀ ਸਹਾਰਾ ਇਹਨਾਂ ਨੇ ਬਹੁਤ ਲਿਆ, ਔਰ ਸ਼ਾਸਤਰੀ ਸੰਗੀਤ ਦਾ ਵੀ ਲਿਆ। ਪੰਜਾਬੀ ਫੋਕ ਦੇ ਵਿੱਚ ਸ਼ਾਸਤਰੀ ਸੰਗੀਤ ਜ਼ਰੂਰ ਹੈ, ਫੋਕ ਸ਼ਾਸਤਰੀ ਸੰਗੀਤ ਤੋਂ ਬਾਹਰ ਹੈ ਨਹੀਂ, ਲੇਕਿਨ ਜਿਹੜਾ ਬਿਲਕੁਲ ਸਿਰਫ ਫੋਕ ਬਹੁਤ ਲੋਕਾਂ ਨੂੰ ਆਉਂਦਾ ਹੁੰਦਾ, ਉਹ ਬਾਹਰ ਜਾ ਨਹੀਂ ਸਕਦੇ, ਉਹ ਇੰਨੇ ਉਹਨਾਂ ਦਾ ਨੌਲੇਜ ਇੰਨਾ ਵਾਸਤ ਨਹੀਂ ਹੁੰਦਾ ਜਿੰਨਾ ਇਹਨਾਂ ਲੋਕਾਂ ਦਾ ਸੀ, ਕਿਉਂਕਿ ਕਲਾਸੀਕਲ ਘਰਾਣੇ ਨੂੰ ਬਿਲੋਂਗ ਕਰਦੇ ਸਨ। ਸ਼ਾਮ ਸੁੰਦਰ ਹੋਏ, ਆਪਣਾ ਰੋਸ਼ਨ ਸਾਹਿਬ ਸਨ, ਰੋਸ਼ਨ ਸਾਹਿਬ ਨੇ ਆ ਕੇ ਉਹਨਾਂ ਨੇ ਆਪਣਾ ਮਿਊਜ਼ਿਕ ਪੰਜਾਬ ਦਾ, ਔਰ ਚੁੱਕ ਉਹਨਾਂ ਦੀ ਵਾਈਫ ਦਾ ਉਹਨਾਂ ਦੇ ਜ਼ੋਰ ਸੀ ਬੰਗਾਲਾ ਨੇ, ਅਤੇ ਉਹਨਾਂ ਨੇ ਬੰਗਾਲੀ ਅਤੇ ਆਪਣਾ ਮਿਊਜ਼ਿਕ ਉਹ ਦੋਨਾਂ ਨੂੰ ਬ੍ਰੈਂਡ ਕਰਕੇ ਅਤੇ ਇੱਕ ਨਵਾਂ ਅੰਗ ਲਿਆਂਦਾ। ਠੀਕ ਹੈ, ਇਹ ਤਾਂ ਹੋ ਗਿਆ ਸੰਗੀਤ ਦਾ ਜ਼ਿਆਦਾਤਰ। ਵੈਸੇ ਤੁਸੀਂ ਪ੍ਰੋਡਿਊਸਰ ਹੋ, ਉੱਦਾਂ ਵੀ ਮੇਰੇ ਖਿਆਲ 'ਚ ਗੁਰਵਿੰਦਰ ਸਿੰਘ ਬੇਦੀ ਮੁਕਾਬਲੇ ਲਿਖਦੇ ਆ, ਅਤੇ ਬਾਕੀ ਲਿਟਰੇਚਰ 'ਚ ਵੀ ਆਪਣੇ ਪੰਜਾਬੀਆਂ ਨੇ ਹੈ, ਕੀ ਕਿੰਨੇ ਕੁ ਪਰਸੈਂਟ ਪੰਜਾਬੀ ਆਪਣੀ ਫਿਲਮ ਇੰਡਸਟਰੀ 'ਚ ਹੋਣਗੇ? ਪੰਜਾਬੀ ਦੇਖੋ ਨਾ, ਤੁਸੀਂ ਕੁਲੀ ਤੋਂ ਲੈ ਕੇ ਅਤੇ ਪ੍ਰੋਡਿਊਸਰ ਤੱਕ ਜਿੰਨੇ ਡਿਪਾਰਟਮੈਂਟ ਆਉਂਦੇ, ਸਾਊਂਡ ਡਿਪਾਰਟਮੈਂਟ, ਕੈਮਰਾ ਡਿਪਾਰਟਮੈਂਟ, ਮਿਊਜ਼ਿਕ ਡਿਪਾਰਟਮੈਂਟ, ਐਕਟਿੰਗ ਡਿਪਾਰਟਮੈਂਟ, ਮੇਕਅਪ ਡਿਪਾਰਟਮੈਂਟ, ਕਾਸਟਿੰਗ ਡਿਪਾਰਟਮੈਂਟ, ਲੈਬਾਰਟਰੀ ਆਉਂਦੀ ਹੈ ਜਿੱਥੇ ਫਿਲਮ ਪ੍ਰੋਸੈਸ ਹੁੰਦੀਆਂ, ਇਹ ਸਾਰੇ ਜਿੰਨੇ ਡਿਪਾਰਟਮੈਂਟ ਨੇ, ਇਨਕਲੂਡਿੰਗ ਐਗਜੀਬਿਸ਼ਨ,
सिनेमा डिपार्टमेंट, डिस्ट्रीब्यूशन डिपार्टमेंट, इन सारे में अगर मिला लिया जाए तो 70% पंजाबी होंगे जो कि फिल्म इंडस्ट्री च काम कर रहे हैं। वाह जी वाह, तो बड़ी ज्यादा हीरो देख रहे पंजाबी है। हाँ जी, और टॉप न्यूज एक्ट्रेस रहे पंजाबी रहे, रफी साहब तक काम वाले आज तक पंजाबी रहे, तो किन कही माड़ा जी कि चंगा, दूसरे भी बहुत चंगे। अच्छा हाँ, बड़े अच्छे आ रहे हैं लेकिन पंजाब में जी बहुत देना फिल्म इंडस्ट्री। अच्छा, हम मैं थोड़े संगीत तो कुछ सवाल करा, थानू अपने पंजाबियों संगीत चार कराने हुए करतारपुर, तलवंडी, शाम चौरासी, पटियाला कराना, आप तो शगिर्द बनारस कराने, तो थानू पंजाब के कराने ने किहड़े ज्यादा कराने ने मुतासर किया? कि हर एक दी गायकी अपनी अपनी है, हर कराने का वखरा वखरा रंग है, जिस तरह हर हर फूल की वखरी वखरी खुशबू होंगी है, तो हर एक गुलाब से होंगे, गुलाब की अपनी खुशबू है, चंबली की अपनी खुशबू है, वक्रे वक्रे फूल की वक्री वक्री खुशबू है, इसमें जिन्हें कराने उनका अपना वक्रा वक्रा अंग है, वक्री वक्री खुशबू है, वक्री वक्री गायकी है, कोई अलाप चमार है, कोई बर्फ चमार है, तो कोई ख्याल गायकी चमार ने, कोई तान च ने, कोई तराना च ने, तो हर एक का रंग अंग वक्रा वक्रा, तारीफ करिए ना करिए एक दूजे तो घट नहीं, फिर भी थोड़ा कोई फेवरेट? जिदा मेरा फेवरेट तो मैं जाति जो कभी मैं सुनना तो मैं जो पटियाला गायकी है पटियाला करा मैं ज्यादा मेहनत करती पसंद आती है, वह कारण यह भी है कि मैं खान साहब बड़े गुलाम अली खान साहब जी जिंदगी का काफी हिस्सा रहा, उन्होंने का मेरे से असर है या गायकी का असर है तो या सच्चाई का असर है, क्योंकि जो गाते उस तरह लग रहा है कि बाकी जितने गायक अपना गाना खत्म करते हैं, वो आदमी शुरू होता से इस वास्ते उस आदमी सुनने वास्ते गायक चाहिए, तो बाकी गायकों में सुनने वास्ते आम जनता चाहिए। चलो कि शोभित नाथी संगीत पर काफी असर पिया हो, मेरे तो असर बड़ा, फिर उन्होंने मैं कह रहा हूँ खाद की बजा भी नहीं, कोशिश जरूर करना कि उन्होंने नक्शो कदम से चलें, और कोई जो मैं फिल्म इंडस्ट्री कंपोजिशन की अज तक दुनिया मेरी फिल्म आई हैं, सुन दो 47 फिल्म होगी हिंदी दया, तो 15-16 के करीब पंजाबी भी होगी, जितने गाने तुम मेरे सुन रहे हो अज तक, नानक नाम जहाज फिल्म की कंपोजिशन देखो तो मेरे से थोड़ा जहा उन्हों का रंग अंग क्लासीकल का उन्होंने गायकी का स्टाइल थोड़ा जहा जरूर है, और मैं कोशिश करना कि मैं उन्होंने जिन्ना फिल्म इंडस्ट्री उस घराने बुलंद कर सक लिया सक जरूर लिया। अच्छा, ये अपने शाम चौरासी घराने के नजाकत अली खान साहब, सलामत अली ते नजाकत अली खान, ये भी बड़े मशहूर है, और हमारा तान पौता तैयारी से गए थे उन्होंने बाबत थोड़ा की उन्होंने कराना जितना वो तो बहुत अच्छे गा रहे हैं, बहुत अच्छा गा रहे हैं, वो क्या बात है, उन्होंने जो कराना उस कराने में बंदे कमलनाथ ने रिप्रजेंट किया। अच्छा, शाम चौरासी के हाल के सर, हाँ जी, पंडित अमरनाथ ने उस गाने में इस इंडस्ट्री से लिया, उन्होंने क्योंकि जितनी कंपोजिशन उन्होंने बनाई है ज्यादा उत्तलंग का स्टाइल, ज्यादा उत्तलंग राग दो बहुत समझो, हर हर गायक किसी किसी राग से पैरा रखता है जी, तो हर घराना कुछ रागों से पैरा रखता है, उन्होंने उत्तलंग राग है जो शाम चौरासी का बड़ा मशहूर है, जब भी तुम सुन का मौका मिले तो उन्होंने सामने कोई नहीं गाँव, पंडित अमरनाथ जी की कंपोजिशन उत्तलंग च बहुत कंपोजिशन की उन्होंने, उस तो बाद उसने भगत राम जी ने बड़ी की कि उसे घराने बिलोंग कर दे, तो उन्होंने लोगों के नाल इस वक्त साढ़े फिल्म इंडस्ट्री वो घराना खत्म हो गया, उन्होंने चले जाऊंगा हूँ, कुछ इस वक्त साढ़े फिल्म इंडस्ट्री के कुछ बंगाली म्यूजिक का, कुछ पॉप म्यूजिक का, कुछ वेस्टर्न म्यूजिक का, ऐसे में जोर हो गया। वैसे पंजाबी गायकी के जनरली भैरवी, तलंग, पहाड़ी, इन्हों से ज्यादा बंशियां गाई जाए, राग भी बड़े मिठे है, तुम इन्हों का कि प्रयोग करते हो? मैं जिसे तक पूछ सकते बहुत सारे राग ने जो पंजाबी गायकी चाहते हैं, अगर बहुत पुराने फोक्स जाइए थोड़ा थोड़ा, तो जितने पुराने फोक्स ने वह जरूर किसी न किसी राग के नाल संबंधित है, साढ़े टोडी राग, पैरवी, जंगला पैरवी, सिंधी पैरवी, फिर आसा, मांड और दरबारी, फिर उसके बाद पीलू, और फिर तुम तरंग च आ जाओ, ये बहुत सारे ऐसे राग ने जो साढ़े फोक्स के सुनाए,
ਇਹ ਠੀਕ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਅੱਜ ਕੱਲ੍ਹ ਫੋਕ ਆ ਰਹੇ ਨੇ ਉਹ ਇੱਕ ਹੱਥ 'ਚ ਕਿੰਗ ਪਕੜ ਲੈਂਦੇ ਅਤੇ ਸ਼ੁਰੂ ਹੋ ਜਾਂਦੇ ਉਹ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਅੱਗੇ ਵਧੀਏ ਉਹ ਉੱਥੋਂ ਇਹ ਸੋਚਦੇ ਨੇ ਕਿ ਤੁਸੀਂ ਲੋਕ ਉਹਨਾਂ ਨੂੰ ਵੈਲਕਮ ਕਰ ਦਿੰਦੇ ਹੋ ਪੈਸੇ ਚਾਰ ਦੇ ਦਿੰਦੇ ਹੋ ਜਿਹਨੂੰ ਉੱਚ ਆਦਮੀ ਨੂੰ ਕੋਈ ਚਾਰ ਪੈਸੇ ਆਉਣ ਲੱਗ ਪੈਣੇ ਉਹ ਅੱਗੇ ਵਧਦੇ ਨਹੀਂ ਸਾਰ ਦਿੰਦਾ ਇਹ ਕੰਮ ਤਾਂ ਭੁੱਖੇ ਦਾ ਜਿੰਨੀ ਦੇਰ ਤੱਕ ਭੁੱਖਾ ਨਾ ਉਹਨੂੰ ਕੁਛ ਨਹੀਂ ਮਿਲਦਾ ਉਹ ਫਿਰ ਟਿਕ ਕੇ ਮਿਹਨਤ ਕਰਦਾ ਔਰ ਜੋ ਉੱਠਦਾ ਅੱਜ ਕੱਲ੍ਹ ਉਹ ਪਹਾੜੀ ਚੁੱਕੇ ਜਾਣ ਲੱਗ ਪੈਂਦਾ ਅੱਗੇ ਵਧਦੇ ਵੀ ਮੈਨੂੰ ਪਹਾੜੀ ਦੀ ਕੰਪੋਜ਼ਿਸ਼ਨ ਸਾਡੇ ਫੋਕਸ ਦੇ ਪਹਾੜੀ ਦੇ ਅੱਗੇ ਚੰਬੇ ਦੇ ਫੋਕਸ ਨੇ ਤੁਸੀਂ ਅਗਰ ਦੇਖੋ ਅਵੇਅਰਨੈਸ ਨੂੰ ਤਾਂ ਚੰਬੇ ਦੇ ਇੰਨੇ ਖੂਬਸੂਰਤ ਫੋਕਸ ਨੇ ਉਹ ਪੰਜਾਬ ਪੰਜਾਬ 'ਚ ਹੀ ਹੈ ਜੀ ਉਹ ਸਭ ਪਹਾੜੀ 'ਚ ਨੇ ਹਾਂਜੀ ਪਹਾੜੀ ਵੀ ਕਈ ਤਰ੍ਹਾਂ ਦੀ ਇੱਥੇ ਸਲਾਮਤ ਅਲੀ ਖਾਨ ਆਏ ਸੀ ਉਹਨਾਂ ਨੇ ਤਕਰੀਬਨ ਯੂਰਪ 'ਚ ਲਾ ਗਿਆ ਪਹਾੜੀ ਨੂੰ ਕਹਿੰਦੇ ਹਰ ਇੱਕ ਮੁਲਕ 'ਚ ਘਾਇਆ ਜਾਂਦਾ ਹਰ ਮੁਲਕ 'ਚ ਅੱਜ ਕੱਲ੍ਹ ਕਲਾਸੀਕਲ ਸੀ ਇੱਥੇ ਵੀ ਜਿੰਨੀਆਂ ਬੰਦਿਸ਼ਾਂ ਨੇ ਤੁਸੀਂ ਅਮਰੀਕਨ ਕਈ ਬੰਦਿਸ਼ਾਂ ਨੇ ਇੰਗਲਿਸ਼ ਦੀਆਂ ਕਈ ਬੰਦਿਸ਼ਾਂ ਨੇ ਜਿਹੜੀਆਂ ਉਹਨਾਂ ਦੀਆਂ ਫੋਕ ਬੰਦਿਸ਼ਾਂ ਨੇ ਉਹਨਾਂ ਦੀ ਥੋੜ੍ਹਾ ਜਿਹਾ ਵੇਖੋ ਤਾਂ ਸਾਡੇ ਨਾਲ ਬੜੀਆਂ ਮਿਲਦੀਆਂ ਨੇ ਮੈਂ ਇੱਕ ਬੰਦਿਸ਼ ਸੁਣੀ ਹੈ ਸੋਹਣੀ ਵਿੱਚ ਇੱਕ ਰਾਗ ਸੁਣੀ ਹੈ ਉਹਨਾਂ ਦੀ ਬੰਦਿਸ਼ ਬਿਲਕੁਲ ਸੁਣੀ ਜਾ ਰਹੀ ਹੈ ਫਿਰ ਮੈਂ ਇੱਕ ਬੰਦਿਸ਼ ਉਹਨਾਂ ਦੀ ਸੁਣੀ ਹੈ ਉਹ ਟੋਡੀ ਬਿਲਕੁਲ ਟੋਡੀ ਨਾਲ ਮਿਲਦੀ ਜੁਲਦੀ ਹੈ ਅਤੇ ਉਹ ਇਹ ਚੀਜ਼ਾਂ ਸੁਰ ਤੇ ਉਹੀ ਸੱਤ ਨੇ ਅੱਠਵਾਂ ਸੁਰ ਤੇ ਕਿਸ ਪਾਸੇ ਹੈ ਨਹੀਂ ਇਹਨਾਂ ਸੱਤਾਂ ਦੇ ਵਿਚਕਾਰ ਜਿਹੜੇ ਮਾਈਨਰ ਛੋਟੇ ਸੁਰ ਨੇ ਜਿਹਨੂੰ ਅਸੀਂ ਸ਼ੁੱਧ ਤੇ ਕੋਮਲ ਕਹਿੰਦੇ ਹਾਂ ਇਹ ਮੋਚਰ ਤੇ ਮਾਈਨਰ ਕਹਿੰਦੇ ਨੇ ਇਹ ਮਿਲਾ ਕੇ 1200 ਹੋ ਗਿਆ ਸੋ ਸੰਗੀਤ ਦੀ ਸਾਰੀ ਦੁਨੀਆ ਇਹਨਾਂ 1200 ਚ ਉਹ ਸੁਰ ਇੱਥੇ ਨੇ ਉਹ ਸੁਰ ਸਾਡੇ ਕੋਲ ਨੇ ਉਹ ਪਾਕਿਸਤਾਨ 'ਚ ਨੇ ਉਹ ਕਾਬਲ 'ਚ ਨੇ ਉਹ ਕੰਧਾਰ 'ਚ ਨੇ ਸੁਰ 'ਚ ਕੋਈ ਫਰਕ ਨੇ ਰਿਧਮ ਵੀ ਉਸੇ ਤਰ੍ਹਾਂ ਨੇ ਸਾਡੇ ਇਹ ਬਾਰ ਕਰ ਕੇ ਜੁੜਦੇ ਨੇ ਅਸੀਂ ਮਾਤਰਾ ਕਹਿੰਦੇ ਹਾਂ ਇਹ ਚਾਰ ਬਾਰ ਦਾ ਬਣਾ ਲੈਂਦੇ ਨੇ ਅਸੀਂ ਚਾਰ ਮਾਤਰਾ ਦਾ ਠੇਕਾ ਕਰਦੇ ਨੇ ਅੱਠ ਬਾਰ ਦਾ ਬਣਾ ਦਿੰਦੇ ਅਸੀਂ ਅੱਠ ਮਾਤਰਾ ਦਾ ਠੇਕਾ ਕਰਦੇ ਹਾਂ ਇਹਨਾਂ ਦੀਆਂ 16 ਬਾਰ ਦਾ ਹੁੰਦਾ ਅਸੀਂ ਹੁਣ 3 ਪਾਲ ਕਰਦੇ ਹਾਂ ਸਭ ਕੁਛ ਰਹੀ ਹੈ ਸਾਡੀ ਜ਼ਬਾਨ ਨਾਲ ਅਸੀਂ ਮਿਊਜ਼ਿਕ ਦਾ ਫਲੋ ਹੋ ਰਿਹਾ ਜਾਂਦਾ ਇਹਨਾਂ ਦੀ ਜ਼ਬਾਨ 'ਚ ਮਿਊਜ਼ਿਕ ਦਾ ਸਟਾਈਲ ਹੋ ਰਿਹਾ ਹਾਂਜੀ ਵੈਸੇ ਜਿਹੜਾ ਤਾਲ ਥਿਊਰੀ ਆਪਣੀ ਕੰਪਲੈਕਸ ਥਿਊਰੀ ਹੈ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਇਹਨਾਂ ਨਾਲੋਂ ਅਤੇ ਸੰਗੀਤ ਉੱਦਾਂ ਦਾ ਜਿਹੜਾ ਤੁਸੀਂ ਸੁਰਾਂ ਦੱਸੀਆਂ ਉਹ ਬਿਲਕੁਲ ਉਹੀ ਆਪਣੇ ਸੁਰ ਜ਼ਿਆਦਾ ਹੈ ਕਿਉਂਕਿ ਕੋਮਲ ਆ ਜਾਂਦੇ ਇਹਨਾਂ ਦੇ ਵੀ ਕੋਮਲ ਨੇ ਅੱਛਾ ਇਹਨਾਂ ਦੇ ਮਾਈਨਸ ਉਹ ਮਾਈਨਸ ਸਕੇਲ ਆ ਜਾਂਦੀ ਨੋਟਸ ਤੇ ਉਹੀ ਨਹੀਂ ਸੁਰ ਕੋਈ ਅਲੱਗ ਨਹੀਂ ਹੈਗੇ ਉਹਨਾਂ ਹੀ ਸੁਰ ਨੇ ਉਹਨਾਂ ਕੋਲ ਉਹਨਾਂ ਹੀ ਸਾਡੇ ਕੋਲ ਅੱਛਾ ਸਰਦਾਰ ਸਾਹਿਬ ਇਹ ਤਾਂ ਸਮੁੰਦਰ ਹੈ ਇਹ ਆਪਾਂ ਟੈਲੀਵਿਜ਼ਨ 'ਤੇ ਬਹੁਤ ਦੇਰ ਡਿਸਕਸ ਨਹੀਂ ਕਰ ਸਕਦੇ ਪਰ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਸਾਡੇ ਦਰਸ਼ਕਾਂ ਨੂੰ ਆ ਕੇ ਪੰਜਾਬੀਆਂ ਬਾਬਤ ਫਿਲਮ ਇੰਡਸਟਰੀ ਵਿੱਚ ਜਿਹੜੇ ਕੰਮ ਕਰਦੇ ਉਹਨਾਂ ਬਾਬਤ ਦੱਸਿਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਤੁਸੀਂ ਮੈਨੂੰ ਬੁਲਾਇਆ ਆਪਣੇ ਦਰਸ਼ਕਾਂ ਨਾਲ ਟੀ ਵੀ ਦੀ ਮਾਰਫਤ ਮਿਲਾਇਆ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਦਰਸ਼ਕ ਸੁਣ ਰਹੇ ਉਹਨਾਂ ਦੇ ਵੀ ਖੁਸ਼ ਹੋ ਸ਼ੁਕਰਗੁਜ਼ਾਰ ਹਾਂ ਇੱਕ ਵਾਰੀ ਫਿਰ ਧੰਨਵਾਦ